25-25 ਹਜ਼ਾਰ ਦੇ ਗੇਟਕੀਪਰ ਰੱਖੀ ਬੈਠੇ ਆ, ਇਹ ਰਾਤ ਨੂੰ ਸਾਰਾ ਕੁਝ ਖੋਲ ਕੇ ਇਧਰੋਂ ਆਪਦਾ ਕਲੱਬ ਚਲਾਈ ਜਾਂਦੇ ਆ। ਠੀਕ ਹੈ, ਕਿੱਥੇ ਚੱਲ ਰਿਹਾ ਕਲੱਬ? ਆ ਜਿਹੜਾ ਸਕੂਲ ਸੀਗਾ ਉਹਦੇ 'ਚ ਹੁਣ ਪੂਰਾ ਚੱਲਦਾ, ਮੀਟ ਸ਼ਰਾਬ ਇਹਨਾਂ ਦਾ ਪੂਰਾ ਚੱਲਦਾ। ਇੱਥੇ ਪਹਿਲਾਂ ਕਲੋਨੀ ਦਾ ਸਕੂਲ ਸੀ ਜਿਹਦੇ 'ਚ ਅੱਜ ਕੱਲ੍ਹ ਕਲੱਬ ਬਣਿਆ, ਕਲੱਬ ਬਣਿਆ ਹੋਇਆ। ਹਾਂ, ਸਕੂਲ ਦਾ ਹੁਣ ਇੱਦਾਂ ਤੁਸੀਂ ਜਾ ਕੇ ਦੇਖ ਲਓ, ਜਾ ਕੇ ਤੁਹਾਨੂੰ ਸ਼ਾਇਦ ਸ਼ਰਾਬ ਵਾਲੇ ਗਲਾਸ ਅਜੇ ਵੀ ਮਿਲ ਜਾਣਗੇ ਉੱਥੇ। 14 ਕਮਰੇ ਸਕੂਲ ਦੇ, 14 ਦੇ ਵਿੱਚ ਬਾਥਰੂਮ ਬਣੇ ਆ, ਬੈੱਡ ਲੱਗੇ ਆ, ਸਭ ਕੁਛ ਆ ਸਾਡੇ ਕੋਲ, ਫੋਟੋਆਂ ਸਭ ਕੁਛ ਆ, ਤੁਸੀਂ ਦੇਖ ਸਕਦੇ ਆ ਜਾ ਕੇ। ਕੱਢੀ ਐਪਲੀਕੇਸ਼ਨ, ਉਹ 'ਚ ਲਿਖਿਆ ਵੀ ਕਲੱਬ ਕਲੋਨੀ ਵਾਸੀਆਂ ਵਾਸਤੇ ਆ, ਤੁਸੀਂ ਮੌਕੇ ਦੇ ਅਧਿਕਾਰੀ ਸਾਨੂੰ ਵਾੜੋ ਕਲੱਬ 'ਚ। ਇੱਕ ਸਕੂਲ ਦੀ ਜਗ੍ਹਾ ਕਲੱਬ ਬਣਾਇਆ ਇਹਨਾਂ ਨੇ, ਉਹ ਬਹੁਤ ਗਲਤ ਕੀਤਾ, ਕਿਉਂਕਿ ਅਸੀਂ ਲੇਡੀਜ਼ ਸਾਰਾ ਦਿਨ ਉੱਥੇ ਸੈਰ, ਬੱਚੇ ਰਹਿੰਦੇ ਆ ਸਾਡੇ, ਜਵਾਨ ਬੇਟੀਆਂ। ਕਿੰਨਾ ਕੁ ਜਾਇਜ਼ ਹੈ ਵੀ ਰਹਿਸ਼ੀ ਕਲੋਨੀ ਦੇ ਵਿੱਚ ਕਲੱਬ ਚੱਲੇ, ਉਹ ਵੀ ਲੋਕਾਂ ਦੇ ਵਿਆਹ ਅਤੇ ਕਮਰਸ਼ੀਅਲ ਚੱਲੇ? ਇੱਥੇ ਵਿਆਹ ਵਾਸਤੇ ਖੋਲ੍ਹ ਲਿਆ ਇਹਨਾਂ ਨੇ, ਜਿਹੜੀ ਸਾਡੇ ਇੱਥੇ ਇੱਕ ਧਾਰਮਿਕ ਜਗ੍ਹਾ ਛੱਡੀ ਸੀ ਉੱਥੇ ਰਸੋਈ ਬਣਾਈ ਬੈਠੇ ਹੈ। ਬੜੀਆਂ ਤਾਰਾਂ ਜੀਆਂ ਮਾਰਦੇ ਸੀ ਵੀ ਅਸੀਂ ਬੱਸਾਂ ਦੀਆਂ ਇਨਕੁਆਇਰੀਆਂ ਕਰਾਂਗੇ, ਅਸੀਂ ਰਾਜੇ ਵੈਡਿੰਗ ਨੂੰ ਚੱਕ ਕੇ ਐਂ ਕਰ ਦਿਆਂਗੇ, ਜੋ ਕਰ ਦਿਆਂਗੇ, ਇਹ ਰਾਜੇ ਵੈਡਿੰਗ ਦਾ ਹੀ ਆ ਸਾਰਾ ਤਮ ਚਮ ਜੀ। ਸਰਕਾਰ ਤੁਹਾਡੇ ਦੁਆਰ, ਸਰਕਾਰ ਮਤਲਬ ਵੱਡੇ ਵੱਡੇ ਬੋਰਡ ਲੱਗੇ ਆ, ਜੇ ਕਿਸੇ ਨੂੰ ਸਮੱਸਿਆ ਇਹ ਨੰਬਰ ਤੇ ਕੇ। ਸੂਡੇ ਦੁਆਰ ਕੁਛ ਨਹੀਂ ਜੀ, ਸਰਕਾਰ ਤੇ ਇਹਨਾਂ ਦੇ ਦੁਆਰ ਹੈ। ਅੱਜ 5 ਦਿਨ ਹੋ ਗਏ ਰਾਤ ਨੂੰ ਕਲੱਬ ਖੁੱਲਾ ਸੀਗਾ, ਅਸੀਂ ਸਿਟੀ ਥਾਣੇ ਦਰਖਾਸਤ ਦੇ ਕੇ ਆਏ, 5-6 ਜਣੇ, ਇੱਕ ਸਿੰਗਲ ਪੁਲਿਸ ਵਾਲਾ ਨਹੀਂ ਆਇਆ ਇੱਥੇ। ਕਿਉਂ ਨਹੀਂ ਆਇਆ, ਕੀ ਗੱਲ? ਇੱਥੋਂ ਸਾਰਿਆਂ ਦਾ ਬਈ ਚਿੱਲੀ ਚਿਕਨ ਬਟਰ ਚਿਕਨ ਉੱਥੇ ਹੀ ਉੱਡਦਾ। ਜਿਹੜੀ STP ਦੀ ਜਗ੍ਹਾ ਸੀ 1.5 ਕਿੱਲੋ ਸੇਲ ਕਰਤੀ ਇਹਨਾਂ ਨੇ, ਉਹਦੇ 'ਚ ਮਕਾਨ ਬਣੀ ਜਾਂਦੇ, ਪਾਣੀ ਘਰਾਂ 'ਚ ਉਛਲੀ ਜਾਂਦਾ ਇਹਨਾਂ ਦਾ। ਠੀਕ ਹੈ, ਇਹ ਤਾਂ ਸਾਰੀ ਸਰਕਾਰ, ਸਾਨੂੰ ਤਾਂ ਲੱਗਦਾ ਸਰਕਾਰ ਹੀ ਰਲੀ ਹੋਈ ਇਹਨਾਂ ਨਾਲ। ਤੁਸੀਂ ਗਲਤ ਹੋ, ਮੇਰੇ ਕਾਰਵਾਈ ਨਹੀਂ ਇਹਨਾਂ 'ਤੇ ਹੋ ਰਹੀ? ਨਹੀਂ, ਸਾਨੂੰ ਗਲਤ ਕਰਦੇ ਤਾਂ ਅਸੀਂ ਕੋਰਟ 'ਚ ਹੀ ਆਉਟਗੇ, ਕਿਤੇ ਸਾਨੂੰ ਗਲਤ ਵੀ ਨਹੀਂ ਕਰਦੇ, ਕਿਉਂਕਿ ਤੁਹਾਨੂੰ ਪਤਾ ਵੀ ਸਹੀ ਹੈ। ਬਾਕੀ ਕਲੋਨੀਆਂ ਦਾ ਹੁੰਦਾ, ਫਲਾਂਦੇ ਨੇ ਪਾਣੀ ਦੀ ਛਬੀਲ ਲਾਤੀ, ਫਲਾਂਦੇ ਨੇ ਲੰਗਰ ਲਾਤਾ, ਸਾਡੇ ਜਿਹੜਾ ਧਨਾਟ ਚੋਰ ਹੈ ਸਾਡਾ ਪਾਣੀ ਚੋਰੀ ਕਰੀ ਜਾਂਦੇ ਆ। ਵੀ ਜੇ ਅਸੀਂ ਧਨਾਟ ਚੋਰਾਂ ਨੂੰ ਚੋਰ ਕਹਿੰਦੇ ਹਾਂ, ਠੀਕ ਹੈ, ਅਤੇ ਸਾਡੇ 'ਤੇ ਡੈਫਲਾਮੇਸ਼ਨ ਪਾ ਦਿੰਦੇ ਆ, ਅੱਜ ਅਸੀਂ ਨਾਂ ਤਾਂ ਨਹੀਂ ਲੈ ਸਕਦੇ, ਕਿਉਂਕਿ ਪਹਿਲੇ ਸਾਡੇ 4 ਤਰੀਕਾਂ ਪਈ ਜਾਂਦੀਆਂ, ਹੋਰ ਚੱਲ ਪੈਣਗੇ। ਅਸੀਂ ਇਸ ਵਕਤ ਫਰੀਦਕੋਟ ਹਾਂ, ਫਰੀਦਕੋਟ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਣ ਵਾਲੇ ਇਸ ਰਸਤੇ 'ਤੇ, ਜਿਹੜਾ ਕਿ ਬਠਿੰਡਾ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦਾ ਰਸਤਾ, ਉਸ ਰਸਤੇ ਮੇਨ ਸੜਕ ਦੇ ਉੱਤੇ ਫਰੀਦਕੋਟ ਦੇ ਵਿੱਚ ਜਿੱਥੇ ਸ਼ਾਹੀ ਹਵੇਲੀ ਹੈ ਉਹਦੇ ਬਿਲਕੁਲ ਸਾਹਮਣੇ ਧਰਨਾ ਲੱਗਿਆ, ਰੋਡ ਜਾਮ ਕੀਤਾ ਕਲੋਨੀ ਵਾਸੀਆਂ ਨੇ। ਪਹਿਲਾਂ ਵੀ ਖਬਰ ਕੀਤੀ ਸੀ, ਪਹਿਲਾਂ ਵੀ ਤੁਹਾਡੇ ਸਾਹਮਣੇ ਗੱਲ ਲਿਆਉਂਦੀ ਸੀ ਕਿ ਮਾਮਲਾ ਕੀ ਹੈ। ਮਾਮਲਾ ਇਹ ਸੀਗਾ ਕਿ ਕਲੋਨੀ ਹੈ ਜਿਹੜੀ ਪਿੱਛੇ ਬਾਬਾ ਫਰੀਦ, ਫਰੀਦ ਇਨਕਲੇਵ ਵੈਲਫੇਅਰ ਸੁਸਾਇਟੀ ਹੈ ਜਿਹੜੀ, ਉਹਦਾ ਮਾਮਲਾ ਸ਼ਾਹੀ ਹਵੇਲੀ ਦੇ ਨਾਲ, ਸ਼ਾਹੀ ਹਵੇਲੀ ਦੇ ਨਜਾਇਜ਼ ਕਬਜ਼ਿਆਂ ਦੇ ਨਾਲ, ਹੋਰਾਂ ਚੀਜ਼ਾਂ ਦੇ ਨਾਲ। ਬਾਕੀ ਗੱਲਬਾਤ ਕਰਦੇ ਹਾਂ, ਸਾਡੇ ਨਾਲ ਇੱਥੇ ਖੜ੍ਹੇ ਨੇ, ਕਿਵੇਂ ਆ ਜੀ ਮਾਮਲਾ ਹਾਲੇ ਤੱਕ? ਪਹਿਲਾਂ ਵੀ ਤੁਸੀਂ ਮੁੱਦਾ ਉਠਾਇਆ, ਕਿੱਥੇ ਖੜਾ ਮਾਮਲਾ, ਕੀ ਮਾਮਲਾ, ਇੱਕ ਵਾਰ ਜ਼ਰੂਰ ਸਾਡੇ ਦਰਸ਼ਕਾਂ ਨੂੰ। ਮਾਮਲਾ ਸਾਡਾ ਉੱਥੇ ਹੀ ਖੜਾ ਜੀ, 10 ਮਹੀਨੇ ਹੋ ਗਏ ਹੈ। ਠੀਕ ਹੈ, ਕਲੱਬ 'ਤੇ ਜਵਾਨੀ ਰੋਕ ਲੱਗੀ ਸੀ, ਕਲੱਬ ਉਵੇਂ ਚੱਲੀ ਜਾਂਦਾ। ਠੀਕ ਹੈ, ਇੱਧਰ ਅਸੀਂ ਕਲੋਨੀ 'ਤੇ 20-25 ਹਜ਼ਾਰ ਦੇ ਗੇਟਕੀਪਰ ਰੱਖੀ ਬੈਠੇ ਹਾਂ, ਇਹ ਰਾਤ ਨੂੰ ਸਾਰਾ ਕੁਝ ਖੋਲ੍ਹ ਕੇ ਇੱਧਰੋਂ ਆਪਦਾ ਕਲੱਬ ਚਲਾਈ ਜਾਂਦੇ ਆ। ਠੀਕ ਹੈ, ਕਿੱਥੇ ਚੱਲ ਰਿਹਾ ਕਲੱਬ? ਆ ਜਿਹੜਾ ਸਕੂਲ ਸੀਗਾ ਉਹਦੇ 'ਚ ਹੁਣ ਪੂਰਾ ਚੱਲਦਾ, ਮੀਟ ਸ਼ਰਾਬ ਇਹਨਾਂ ਦਾ ਪੂਰਾ ਚੱਲਦਾ, ਤੁਸੀਂ ਜਾ ਕੇ ਦੇਖ ਲਓ, ਉੱਧਰ ਲਾਲਾ ਗਮਲੇ ਗੇਟ ਇਹਨਾਂ ਨੇ ਖੋਲ੍ਹ ਲਿਆ। ਠੀਕ ਹੈ, ਅਸੀਂ ਇਧਰਲੇ ਪਾਸੇ ਰਾਖੀ ਰੱਖੀ ਜਾਂਦੇ, ਉਧਰਲੇ ਪਾਸੇ ਆਪਦਾ ਉਹ ਕੰਮ ਚਲਾਈ ਜਾਂਦੇ ਆ। ਮਤਲਬ ਇੱਥੇ ਪਹਿਲਾਂ ਕਲੋਨੀ ਦਾ ਸਕੂਲ ਸੀ ਜਿਹਦੇ 'ਚ ਅੱਜ ਕੱਲ੍ਹ ਕਲੱਬ ਬਣਿਆ, ਕਲੱਬ ਬਣਿਆ ਹੋਇਆ। ਹਾਂ, ਮਨਜ਼ੂਰੀ ਲੈ ਲਈ ਸੀ ਇਹਨਾਂ ਨੇ? ਕੋਈ ਮਨਜ਼ੂਰੀ ਨਹੀਂ, ਮਨਜ਼ੂਰੀ ਜਿਹੜੀ ਆਈ ਆ ਉਹ ਕਲੋਨੀ ਵਾਸੀਆਂ ਵਾਸਤੇ ਆਈ ਸੀ, ਵੀ ਕਲੋਨੀ ਵਾਸੀਆਂ ਵਾਸਤੇ ਆ, ਇਹ ਕਮਰਸ਼ੀਅਲ ਯੂਜ਼ ਕਰੀ ਜਾਂਦੇ ਇਹਨੂੰ। ਅਸੀਂ ਪੁੱਡਾ 'ਤੇ ਵਾਰ ਵਾਰ ਜਾਏ ਹਾਂ, DC ਸਾਹਿਬ ਨੂੰ ਮਿਲ ਆਏ ਹਾਂ, ਕਿਸੇ 'ਤੇ ਕੋਈ ਮਨਜ਼ੂਰੀ ਨਹੀਂ ਸਰਕਦੀ।
ਸਭ ਤੋਂ ਵੱਡੀ ਤਰਾਖ ਦੀ ਸਾਡੀ ਇਹ ਹੈ ਵੀ ਜੇ ਅਸੀਂ ਧਨਾਟ ਚੋਰਾਂ ਨੂੰ ਚੋਰ ਕਹਿੰਦੇ ਹਾਂ, ਠੀਕ ਹੈ, ਅਤੇ ਸਾਡੇ 'ਤੇ ਡੈਫਲਾਮੇਸ਼ਨ ਪਾ ਦਿੰਦੇ ਆ, ਅੱਜ ਅਸੀਂ ਨਾਂ ਤਾਂ ਨਹੀਂ ਲੈ ਸਕਦੇ ਕਿਉਂਕਿ ਪਹਿਲੇ ਸਾਡੇ 4 ਤਰੀਕਾਂ ਪਈ ਜਾਂਦੀਆਂ, ਹੋਰ ਚੱਲ ਪੈਣਗੇ। ਬਾਕੀ ਕਲੋਨੀਆਂ ਦਾ ਹੁੰਦਾ, ਫਲਾਂਦੇ ਨੇ ਪਾਣੀ ਦੀ ਛਬੀਲ ਲਾਤੀ, ਫਲਾਂਦੇ ਨੇ ਲੰਗਰ ਲਾਤਾ, ਸਾਡੇ ਜਿਹੜੇ ਧਨਾਟ ਚੋਰ ਹੈ ਸਾਡਾ ਪਾਣੀ ਚੋਰੀ ਕਰੀ ਜਾਂਦੇ ਆ। ਉਹ ਸਾਡੇ ਉੱਥੇ ਮੀਟਰ ਲਵਾਏ ਸੀਗੇ ਵੀ ਪਾਣੀ ਵੰਡਮਾਂ ਲਵਾਂਗੇ, ਜਿੱਦੇ ਮੀਟਰ ਲਵਾਤੇ ਹੈ ਇੱਧਰਲੇ ਪਾਸੋਂ ਬੰਦ ਕਰਤਾ, ਜਿਹੜੇ ਕਲੱਬ 'ਤੇ ਇਹਨਾਂ ਨੇ ਕਬਜ਼ਾ ਕੀਤਾ ਹੁਣ ਉਹਦੇ ਵਿੱਚ ਕਨੈਕਸ਼ਨ ਕੱਢੀ ਜਾਂਦੇ ਆ ਇਹ। ਅਸੀਂ ਤਾਂ ਇਹਨਾਂ ਤੋਂ ਸਤੇ ਹੀ ਬਹੁਤ ਪਏ ਹਾਂ, ਠੀਕ ਹੈ, ਪ੍ਰਸ਼ਾਸਨ ਕੁਛ ਨਹੀਂ ਕਰਦਾ ਗਾ। ਅੱਜ 5 ਦਿਨ ਹੋ ਗਏ ਰਾਤ ਨੂੰ ਕਲੱਬ ਖੁੱਲ੍ਹਾ ਸੀਗਾ, ਅਸੀਂ ਸਿਟੀ ਥਾਣੇ ਦਰਖਾਸਤ ਦੇ ਕੇ ਆਏ 5-6 ਜਣੇ, ਇੱਕ ਸਿੰਗਲ ਪੁਲਿਸ ਵਾਲਾ ਨਹੀਂ ਆਇਆ ਇੱਥੇ। ਕਿਉਂ ਨਹੀਂ ਆਇਆ, ਕੀ ਗੱਲ? ਇੱਥੋਂ ਸਾਰਿਆਂ ਦਾ ਬਈ ਚਿੱਲੀ ਚਿਕਨ ਬਟਰ ਚਿਕਨ ਉੱਥੇ ਹੀ ਉੱਡਦਾ। ਹਾਂ, ਇੱਕ ਬੰਦਾ ਨਹੀਂ ਆਇਆ, ਅਸੀਂ ਪੂਰੀ ਪੰਚਾਇਤ ਗਈ ਸੀ ਵੀ ਤੁਸੀਂ ਆਓ ਉੱਥੇ ਅਤੇ ਹਾਲਾਤ ਵੇਖੋ ਆ ਕੇ। ਹਾਂ, ਫਿਰ ਡੀ ਜੀ ਸਾਹਿਬ ਨੂੰ ਮਿਲੇ, ਤੁਸੀਂ ਸਾਨੂੰ ਹਫ਼ਤਾ ਦੇ ਦਿਓ, 10 ਦਿਨ ਦੇ ਦਿਓ। ਡੀ ਸਾਹਿਬ ਨੂੰ ਅਸੀਂ ਕਿਹਾ ਵੀ ਤੁਹਾਨੂੰ ਅਸੀਂ ਤਾਂ 10 ਮਹੀਨੇ ਦੇ ਤੇ ਹੈ, ਹੁਣ ਹਫ਼ਤੇ ਨਾਲ ਕੀ ਹੋਣ ਲੱਗਿਆ? ਸੀਵਰੇਜ ਇੱਥੇ ਉਛਲੀ ਜਾਂਦਾ, ਸੜਕਾਂ ਦੇ ਇੱਥੇ ਬੁਰਾ ਹਾਲ ਹੈ। ਜਿਹੜੀ ਐਸ ਟੀ ਪੀ ਦੀ ਜਗ੍ਹਾ ਸੀ 1.5 ਕਿੱਲਾ, ਉਹ ਸੇਲ ਕਰਤੀ ਇਹਨਾਂ ਨੇ, ਉਹਦੇ 'ਚ ਮਕਾਨ ਬਣੀ ਜਾਂਦੇ, ਪਾਣੀ ਘਰਾਂ 'ਚ ਉਛਲੀ ਜਾਂਦਾ ਇਹਨਾਂ ਦਾ, ਠੀਕ ਹੈ। ਇਹ ਤਾਂ ਸਾਰੀ ਸਰਕਾਰ, ਸਾਨੂੰ ਤਾਂ ਲੱਗਦਾ ਸਰਕਾਰ ਹੀ ਰਲੀ ਹੋਈ ਇਹਨਾਂ ਨਾਲ। ਸਰਕਾਰ ਤਾਂ ਆਮ ਆਦਮੀ ਪਾਰਟੀ ਦੀ, ਉਹ ਤਾਂ ਕਹਿੰਦੇ ਸੀ ਨਜਾਇਜ਼ ਕਬਜ਼ੇ, ਨਜਾਇਜ਼ ਧੱਕੇ ਦੇ ਖਿਲਾਫ ਹੈ। ਤੁਹਾਡੇ ਚੈਨਲ 'ਤੇ ਲਾ ਲਓ, ਮੈਨੂੰ ਤਾਂ 6 ਮਹੀਨੇ ਦਾ ਤੁਹਾਨੂੰ ਵੀ ਇੰਟਰਵਿਊ ਹੋ ਗਏ ਆ, ਤੁਸੀਂ ਵੀ ਬਹੁਤ ਰੌਲਾ ਪਾਇਆ, ਅਸੀਂ ਵੀ ਪਾਇਆ, 6 ਮਹੀਨੇ ਜੇ ਸਾਡੀ ਸੁਣੀ ਹੈ ਤਾਂ ਸਰਕਾਰ ਦੀ ਸਲਾਹ ਤਾਂ ਤੁਸੀਂ ਕਰ ਦਿਓ, ਠੀਕ ਹੈ ਨਾ। ਅਸੀਂ ਤਾਂ ਵਾਰ ਵਾਰ ਵੇਖ ਲਓ, ਹੁਣ ਸਾਰੇ ਲੇਡੀਜ਼ ਬੱਚਿਆਂ ਸੜਕ 'ਤੇ ਬੈਠੇ ਆ, ਕਿੰਨਾ ਕੁ ਜਾਇਜ਼ ਹੈ ਵੀ ਰਹਿਸ਼ੀ ਕਲੋਨੀ ਦੇ ਵਿੱਚ ਕਲੱਬ ਚੱਲੇ, ਉਹ ਵੀ ਲੋਕਾਂ ਦੇ ਵਿਆਹ 'ਤੇ ਕਮਰਸ਼ੀਅਲ ਚੱਲੇ, ਵਿਆਹ ਹੁੰਦੇ ਇੱਥੇ, ਵਿਆਹ ਵਾਸਤੇ ਖੋਲ੍ਹ ਲਿਆ ਇਹਨਾਂ ਨੇ। ਜਿਹੜੀ ਸਾਡੇ ਇੱਥੇ ਇੱਕ ਧਾਰਮਿਕ ਜਗ੍ਹਾ ਛੱਡੀ ਸੀ, ਉਹ 'ਤੇ ਰਸੋਈ ਬਣਾਈ ਬੈਠੇ ਆ, ਉਹ ਸਾਡੇ ਕੋਲ ਨਕਸ਼ਾ ਹੈਗਾ, ਹੈਗਾ ਨਕਸ਼ਾ ਆਪਣੇ ਕੋਲ ਇੱਥੇ? ਹਾਂ, ਨਕਸ਼ੇ ਦੇ ਵਿੱਚ ਉਹ 'ਤੇ ਦਿੱਤਾ ਪੁੱਡਾ ਨੇ ਵੀ ਤੁਹਾਡਾ ਗੁਰਦੁਆਰਾ ਸਾਹਿਬ ਬਣਨਾ ਸੀ ਜਾਂ ਜੋ ਵੀ ਬਣਾ ਲਓ ਮੰਦਰ ਬਣਾ ਲਓ, ਉਹ 101 ਨੰਬਰ ਪਲਾਟ ਹੈ। ਜੇ ਅਸੀਂ ਉਹਦੀ ਦਰਖਾਸਤ ਦਿੱਤੀ ਤਾਂ ਇਹਨਾਂ ਨੇ ਮਿਲੀ ਭੁਗਤ ਨਾਲ ਉਸ 101 ਨੰਬਰ ਦੀ ਰਜਿਸਟਰੀ ਕਰਾ ਲਈ ਆਪਦੇ ਨਾਂ 'ਤੇ, ਉਹਦੀ ਫਿਰ ਸਾਡੇ ਦਰਖਾਸਤ ਦੇ ਜਾਂਦੀ ਵੀ ਨਹੀਂ ਜੀ ਗੁਰਦੁਆਰੇ ਦੀ ਜਗ੍ਹਾ ਜਾਂ ਮੰਦਰ ਦੀ ਨਹੀਂ, ਇਹ ਸਾਡੀ ਪਰਸਨਲ ਜਗ੍ਹਾ ਹੈਗੀ ਹੈ, ਅਤੇ ਉਹਦਾ ਵੀ ਅਸੀਂ ਭੁਗਤੀ ਜਾਂਦੇ ਹਾਂ। 3-4 ਹੀ DSP ਸਾਹਿਬ ਦੇ ਜਾਏ, ਹੁਣ ਅਸੀਂ ਬਿਆਨ ਦੇ ਕੇ ਆਏ ਫਿਰ ਨਹੀਂ, ਸਾਡੀ ਤਾਂ ਇੱਕ ਸਾਨੂੰ ਤਾਂ ਜਦੋਂ ਪਲਾਟ ਵੇਚੇ ਇਹਨਾਂ ਨੇ ਵੀ ਉਦੋਂ ਇਹਨਾਂ ਨੇ ਸਾਨੂੰ ਦਿਖਾਇਆ ਵੀ ਇੱਥੇ ਧਾਰਮਿਕ ਜਗ੍ਹਾ ਬਣੂਗੀ। ਹਾਂ, ਸਕੂਲ ਦਾ ਹੁਣ ਇਹਨਾਂ ਨੂੰ ਤੁਸੀਂ ਜਾ ਕੇ ਦੇਖ ਲਓ, ਜਾ ਕੇ ਤੁਹਾਨੂੰ ਸ਼ਾਇਦ ਸ਼ਰਾਬ ਵਾਲੇ ਗਲਾਸ ਅਜੇ ਵੀ ਮਿਲ ਜਾਣਗੇ ਉੱਥੇ, ਜਿਹੜਾ ਸਕੂਲ ਸੀ ਉੱਥੇ ਸ਼ਰਾਬ ਵਾਲੇ। ਹੁਣ ਹਾਂ, ਉਹ 'ਚ ਹੁਣ ਕਲੱਬ ਚੱਲਦਾ। ਕਮਰੇ 14 ਕਮਰੇ ਸਕੂਲ ਦੇ, 14 ਦੇ ਵਿੱਚ ਬਾਥਰੂਮ ਬਣੇ ਆ, ਬੈੱਡ ਲੱਗੇ ਆ, ਸਭ ਕੁਛ ਆ ਸਾਡੇ ਕੋਲ, ਫੋਟੋਆਂ ਸਭ ਕੁਛ ਹੈ, ਤੁਸੀਂ ਦੇਖ ਸਕਦੇ ਆ ਜਾ ਕੇ। ਅੱਛਾ ਜੀ, ਹਾਂਜੀ। ਫਿਰ ਕੀ ਲੱਗਦਾ, ਕੀ ਸ਼ੈ ਆ, ਕੀ ਤਾਕਤ ਹੈ, ਕਿਹੜੀ ਉਹ ਸ਼ਕਤੀ ਹੈ ਜਿਹੜੀ ਇੱਥੇ ਪਿੱਛੇ ਕੰਮ ਕਰਦੀ ਹੈ? ਤੁਸੀਂ ਇੰਨੇ ਬੰਦੇ ਆਪਦੇ ਬੱਚੇ ਲੈ ਕੇ ਸੜਕਾਂ 'ਤੇ ਬੈਠੇ, ਤੁਹਾਡੀ ਫਿਰ ਵੀ ਕੋਈ ਨਹੀਂ ਸੁਣਦਾ? ਪੈਸੇ ਦਾ ਜ਼ੋਰ, ਰਾਜਸੀ ਨੇਤਾ ਦੇ ਹੱਥ, ਪੁੱਡਾ ਅਧਿਕਾਰੀਆਂ ਦੀ ਮਿਲੀ ਭੁਗਤ, ਕਾਨੂੰਨ ਨੂੰ ਛਿੱਕੇ ਟੰਗ ਕੇ ਸਾਰਾ ਕੁਛ, ਕੋਈ ਸਹੀ ਅਥੈਂਟੀਕੇਟਡ ਬੰਦੇ ਦੇ ਸਾਈਨ ਨਹੀਂ। ਉਹ ਡਿਵੈਲਪਰ ਕਹਿ ਰਹੇ, ਮੈਂ ਅੱਗੇ ਦੱਸ ਕੇ ਹਟਿਆ ਵੀ ਉਹ ਕਹਿ ਰਹੇ ਸਾਡੇ ਸਾਈਨ ਨਹੀਂ ਕਲੱਬ ਮਨਜ਼ੂਰ ਕਰਾਉਣ ਵਾਸਤੇ। ਹੁਣ ਪਤਾ ਨਹੀਂ ਕਿਹੜੇ ਆਦਮੀ ਦੇ ਸਾਈਨ ਕਰਵਾਏ ਆ, ਕੀ ਹੋਇਆ ਕੀ ਨਹੀਂ, ਜਿਹੜੇ ਕੋਈ ਜਨਤਕ ਨੋਟਿਸ ਹੈ, ਉਹ ਸਭ ਕੁਛ ਹੀ ਮਤਲਬ ਕਿ ਗਲਤ ਮਲਤ ਕਾਗਜ਼ ਆ, ਉਹ ਅਸੀਂ ਹੁਣ ਤੁਹਾਨੂੰ ਸਾਹਮਣੇ ਦਿਖਾ ਤਾਂ ਨਹੀਂ ਸਕਦੇ, ਉਹ ਲੋੜ ਪਊਗੀ ਸਾਨੂੰ ਅਦਾਲਤ ਦੇ ਵਿੱਚ, ਫਿਰ ਉੱਥੇ ਅਸੀਂ ਵਕੀਲ ਸਾਹਿਬ ਨੂੰ ਦੇਣਾ ਦੇਵਾਂਗੇ। 40 ਘਰ ਆ ਲਗਭਗ ਇੱਥੇ, ਅਤੇ 45 ਦੇ ਵਿੱਚੋਂ 41 ਘਰ ਵਿਰੋਧ ਕਰਦੇ ਆ ਵੀ ਕਲੱਬ ਨਹੀਂ ਚਾਹੀਦਾ। ਇੱਕ ਧਨਾਟਾਂ ਦਾ ਘਰ ਹੈ, ਦੋ ਉਹਨਾਂ ਦੇ ਕੋਈ ਨਾਲ ਹੈਗੇ, ਉਹ ਇੱਥੋਂ ਦੇ ਹੈ ਨਹੀਂ ਕਿ ਬਾਹਰੋਂ ਰਹਿੰਦੇ ਆ ਕੇ। ਹੁਣ ਤੁਸੀਂ ਇਹ ਦੇਖ ਲਓ ਵੀ ਇੱਕ ਪਾਸੇ ਪੂਰੀ ਕਲੋਨੀ ਹੋਗੀ ਅਤੇ ਇੱਕ ਪਾਸੇ 2 ਘਰ ਹੈ, ਅਤੇ ਕਲੱਬ ਨੂੰ ਫਿਰ ਵੀ ਜਬਰੀ ਚਲਾਇਆ ਜਾ ਰਿਹਾ, ਠੀਕ ਹੈ। ਉਸ ਕਲੱਬ ਨੂੰ ਰੋਕਣ ਖਾਤਰ ਤੁਸੀਂ ਥਾਮ, ਅਸੀਂ ਜਦੋਂ ਮਤੇ ਪਾਏ ਸੀ ਨਾ, ਦਰਖਾਸਤਾਂ ਸ਼ੁਰੂ ਕੀਤੀਆਂ 5 ਮਹੀਨੇ 'ਚ, 1 ਨੰਬਰ ਤੋਂ ਸ਼ੁਰੂ ਹੋਏ ਸੀ, ਅਤੇ ਸਾਡੀ ਹੁਣ ਲਾਸਟ ਚਿੱਠੀ ਡੀ ਸੀ ਨੂੰ 103 ਨੰਬਰ ਗਈ ਹੈ, ਅਸੀਂ 103 ਐਪਲੀਕੇਸ਼ਨਾਂ ਦੇ ਚੁੱਕੇ ਹਾਂ। ਅੱਛਾ, ਹਾਂ, ਵੀ ਸਾਡਾ ਜੀ ਕਲੱਬ ਦਾ ਕਰੋ, ਸਾਡਾ ਕੀ ਕਰੋ, ਤੁਸੀਂ ਗਲਤ ਹੋ ਮੇਰੇ ਕਾਰਵਾਈ ਨਹੀਂ ਨਾ ਤੇ ਹੋ ਰਹੀ? ਨਹੀਂ, ਸਾਨੂੰ ਗਲਤ ਕਰਦੇ ਨੇ ਤਾਂ ਅਸੀਂ ਕੋਰਟ 'ਚ ਆਉਟਗੇ, ਕਿਤੇ ਸਾਨੂੰ ਗਲਤ ਵੀ ਨਹੀਂ ਕਰਦੇ, ਕਿਉਂਕਿ ਤੁਹਾਨੂੰ ਪਤਾ ਵੀ ਸਹੀ ਹੈ। ਹਾਈ ਕੋਰਟ ਉਹਨਾਂ 'ਚ ਸਾਨੂੰ ਲੈਂਦਾ ਨਹੀਂ ਕਿ ਜਿੰਨਾ 'ਚ ਕਿ ਸਾਬਤ ਨਹੀਂ ਹੁੰਦਾ ਵੀ ਤੁਸੀਂ ਗਲਤ ਹੈ ਕਿ ਸਹੀ ਹੈ। ਫਿਰ ਇੱਧਰਲੇ ਪਾਸੇ ਝਾਤ ਮਾਰ ਲਓ, ਘੱਟੋ ਘੱਟ 3-4 ਹਜ਼ਾਰ ਗਜ 'ਤੇ ਕਬਜ਼ਾ ਹੈ,
ਅੱਛਾ ਪਿੱਛੇ ਗਲੀ ਤੇ ਇਹਨਾਂ ਦਾ ਕਬਜ਼ਾ, ਪਾਰਕ ਤੇ ਇਹਨਾਂ ਦਾ ਕਬਜ਼ਾ, ਗ੍ਰੀਨ ਜ਼ੋਨ ਤੇ ਇਹਨਾਂ ਦਾ ਕਬਜ਼ਾ ਕੀਤਾ ਹੋਇਆ, ਠੀਕ ਹੈ ਨਾ, ਪ੍ਰਸ਼ਾਸਨ ਕੋਈ ਨਹੀਂ ਆਉਂਦਾ। ADC ਨੇ ਇੱਕ ਨੋਟਿਸ ਕੀਤਾ ਸੀਗਾ ਵੀ ਇਹ ਜਗ੍ਹਾ ਇਲੀਗਲ ਹੈ, ਕੱਢੋ ਨੋਟਿਸ ਉਹ, ਠੀਕ ਹੈ, ਉਹਦੀ 15 ਦਿਨ ਦਾ ਟਾਈਮ ਦਿੱਤਾ ਸੀਗਾ, ਇਹਨਾਂ ਨੂੰ ਵੀ ਜਵਾਬ ਦਿਓ। ਹੁਣ ਤੁਸੀਂ ਦੇਖੋ DC ਅਤੇ ADC ਦੀ ਇੰਨੀ ਕੁ ਪਾਵਰ ਨਹੀਂ, 15 ਦਿਨਾਂ ਬਾਅਦ ਜਾ ਕੇ ਉੱਥੇ ਜਵਾਬ ਹੀ ਦੇ ਦਿੰਦੇ ਆ, ਉਹ ਹੀਰਿੰਗ ਉੱਥੇ ਹੀ ਪਈ ਹੈ, ਇਹ ਗਏ ਹੀ ਨਹੀਂ ਗਏ। ਕਾਰਨ ਕੀ, ਕਿੱਧਰ ਫਿਰ ਕਿਉਂ ਨਹੀਂ ਹੋ ਰਹੀ ਕਾਰਨ? ਇਹ ਤਾਂ ਹੁਣ DC ਸਾਹਿਬ ਦੱਸਣਗੇ। ਹਾਂ, ਜਦੋਂ ਅਸੀਂ ਜਾਂਦੇ ਹਾਂ ਬਸ ਉਹਨਾਂ ਦਾ ਇਹ ਹੁੰਦਾ ਵੀ ਅੱਛਾ ਫਰੀਦਨ ਕਲੇਬ ਸੇ ਆ ਗਏ, ਹਮ ਕਰਤੇ ਹੈ, ਅਗਲੇ ਹਫ਼ਤੇ ਆ ਜਾਣਾ। ਹਾਂ, ਇੱਥੇ ਗੱਲ ਖੜੀ ਹੈ, 9.5 ਮਹੀਨੇ ਹੋ ਗਏ ਸਾਨੂੰ। ਸਰਕਾਰ ਤੁਹਾਡੇ ਦੁਆਰ, ਸਰਕਾਰ ਮਤਲਬ ਵੱਡੇ ਵੱਡੇ ਬੋਰਡ ਲੱਗਿਆ, ਜੇ ਕਿਸੇ ਨੂੰ ਸਮੱਸਿਆ ਇਹਨਾਂ ਨੰਬਰ ਤੇ ਸੂਡੇ ਦੁਆਰ ਕੁਛ ਨਹੀਂ ਜੀ, ਸਰਕਾਰ ਤੇ ਇਹਨਾਂ ਦੇ ਦੁਆਰ ਹੈ, ਠੀਕ ਹੈ। ਦੋ ਮੁੱਦੇ ਆ, ਇੱਕ ਤਾਂ ਮੇਨ ਮੁੱਦੇ ਦੋ ਇਹ ਹੈਗੇ ਆ ਵੀ ਇੱਕ ਤਾਂ ਕਲੋਨੀ ਦਾ ਜਿਹੜਾ ਵਿਕਾਸ ਆ ਉਵੇਂ ਪਿਆ, ਇਹਨਾਂ ਨੇ ਪੁੱਡਾ ਤੋਂ ਸਕਿਉਰਟੀਆਂ ਚੱਕ ਲਈਆਂ, ਸੈਨ ਸੂਨ ਮਾਰ ਕੇ ਲੋਕਾਂ ਦੇ, ਅਤੇ ਦੂਜਾ ਇਨਕਰੋਚਮੈਂਟ ਤੇ ਕਲੱਬ ਦਾ, ਠੀਕ ਹੈ। ਸਾਡੇ ਤਾਂ ਦੋਵਾਂ ਤਿੰਨਾਂ ਦੁਆਰਾਂ 'ਚੋਂ ਸਰਕਾਰ ਇਹਨਾਂ ਦੇ ਦੁਆਰ ਹੀ ਘੁੰਮੀ ਜਾਂਦੀ ਹੈ ਜੀ। ਹਾਂ, ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਇੱਥੇ। ਆਮ ਲੋਕਾਂ ਦੀ ਸਰਕਾਰ ਸੀ, ਫਿਰ ਆਮ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ? ਨਹੀਂ, ਸਾਡੀ ਜੇ ਸੁਣਵਾਈ ਹੁੰਦੀ ਪਰ ਅਸੀਂ ਇੱਥੇ ਕਿਉਂ ਬਹਿੰਦੇ? ਹਾਂ, ਮੈਂ ਹੁਣ ਇਹਨਾਂ ਦਾ ਨਾਂ ਲੈ ਕੇ ਬੋਲ ਦੇਣਾ ਤੁਹਾਡੇ ਚੈਨਲ 'ਤੇ, ਸਵੇਰੇ ਮੈਨੂੰ ਨੋਟਿਸ ਆ ਜਾਣਾ। ਹਾਂ, ਜੇ ਕੋਈ ਮੁਲਾਜ਼ਮ ਬੈਠਾ ਹੈ ਉਹਨੂੰ ਨੋਟਿਸ ਕਢਾਤਾ, ਹਰੇਕ ਪਾਸੋਂ ਦਬਾਉਣ ਦੀ ਕੋਸ਼ਿਸ਼ ਕਰਦੇ ਆ। ਹਾਂ, ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਸਾਡੀ ਇੱਟਾਂ ਦੇ ਪਾਤਾ ਵੀਰ ਨੇ ਚੋਰੀ ਕੀਤੀ ਹੈ, ਫਿਰ ਕਿਸੇ 'ਤੇ ਕੁਛ ਪਾ ਦਿੰਦੇ ਆ, ਕਿਸੇ ਲੇਡੀਜ਼ ਤੋਂ ਪਾ ਦਿੰਦੇ ਵੀ ਸਾਡੀਆਂ ਲੇਡੀ ਛੇੜਦੇ ਆ, ਠੀਕ ਹੈ। ਦਬਾ ਰਹੇ ਆ, ਸਰਕਾਰ ਸਾਥ ਦੇਈ ਜਾਂਦੀ ਇਹਨਾਂ ਦਾ, ਪ੍ਰਸ਼ਾਸਨ ਵੀ ਦੇਈ ਜਾਂਦਾ। ਹਾਂ, ਅੱਜ ਹੁਣ ਇੱਥੇ ਤੁਸੀਂ ਦੇਖ ਲਓ ਵੀ ਸਿਟੀ SHO ਵੀ ਖੜਾ ਨਾ, ਸਾਰਾ ਪ੍ਰਸ਼ਾਸਨ ਖੜਾ ਨਾ, ਅੱਜ ਤਾਂ ਆ ਗਏ ਨਾ। ਜਦੋਂ ਅਸੀਂ ਉੱਥੇ ਗਏ ਵੀ ਸਾਡਾ ਕਲੱਬ 'ਚ ਵੀ ਭੇਜੋ ਬੰਦੇ, ਉੱਥੇ ਕਲੱਬ ਚੱਲੀ ਜਾਂਦਾ ਵੀ ਰੋਕਿਆ ਹੋਇਆ, ਉਹਦੇ 'ਤੇ ਸਿੰਗਲ ਬੰਦਾ ਨਹੀਂ ਆਏਗਾ। ਹਾਂ, ਤੁਸੀਂ ਪੁੱਛ ਲਓ ਤੇ SHO ਸਾਹਿਬ ਖੜੇ ਹੋਣੇ ਸਿਟੀ ਵਾਲੇ। ਹਾਂ, ਇਹ ਪ੍ਰਧਾਨ ਜੀ ਕੀ ਲੱਗ ਰਿਹਾ, ਕਿਸਾਨ ਯੂਨੀਅਨ ਦੇ ਆਗੂ ਵੀ ਇੱਥੇ ਮੌਜੂਦ ਆ ਫਤਿਹ ਦੇ, ਕੀ ਲੱਗ ਰਿਹਾ? ਇਹ ਕਹਿੰਦੇ ਆ ਕਿ ਇਹਨਾਂ ਨੇ ਨਜਾਇਜ਼ ਕਬਜ਼ੇ ਵੀ ਕੀਤੇ, ਅਸੀਂ ਪਰੇਸ਼ਾਨ ਵੀ ਹਾਂ, ਲਗਭਗ 6 ਕਿੰਨੇ ਮਹੀਨੇ ਹੋ ਗਏ, 6-7 ਮਹੀਨੇ ਤਾਂ ਸਾਨੂੰ ਹੀ ਹੋ ਗਏ ਜੀ, ਸਾਨੂੰ 10 ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ। ਕੀ ਲੱਗਦਾ ਕਾਰਵਾਈ ਕਿਉਂ ਨਹੀਂ ਹੁੰਦੀ? ਉਹ ਤਾਂ ਸਰਕਾਰ ਕਹਿੰਦੀ ਆ ਨਜਾਇਜ਼ ਕਬਜ਼ਿਆਂ 'ਤੇ ਅਸੀਂ ਕਾਰਵਾਈ ਕਰ ਰਹੇ ਹਾਂ, ਛੋਟੇ ਛੋਟੇ ਗਰੀਬਾਂ ਦੇ ਮਕਾਨ, ਥੋੜ੍ਹੀਆਂ ਥੋੜ੍ਹੀਆਂ ਜ਼ਮੀਨਾਂ 'ਤੇ ਕਬਜ਼ੇ ਹੋ ਰਹੇ ਆ, ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਪਾਸੇ ਕੀਤਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਇੱਕ ਉਦਾਹਰਨ ਹੈ, ਥਾਂ ਥਾਂ ਹੀ ਇਹੋ ਕੁਛ ਹੋ ਰਿਹਾ ਜਿਹੜਾ ਗੱਠਜੋੜ ਰਾਜਨੀਤਿਕਾਂ ਦਾ, ਤੁਸੀਂ ਉਹਨਾਂ ਇਹਨੂੰ ਬਦਲਾ ਨਾ ਸਮਝੋ। ਜਿਹੜੀਆਂ ਪਹਿਲਾਂ ਵਾਲੇ ਸੀਗੇ ਉਹ ਰਿਸ਼ਵਤ ਲੈਂਦੇ ਸੀ, ਉਹ ਸੁਬਹਾ ਰਿਸ਼ਵਤ ਲੈਂਦੇ ਸੀ, ਫਿਰ ਇੱਕ ਅਕਾਲੀ ਦਲ ਵਾਲੇ ਆ ਗਏ ਉਹ ਸ਼ਾਮ ਨੂੰ ਰਿਸ਼ਵਤ ਲੈਂਦੇ ਸੀ, ਉਹ ਪੈਸੇ ਲੈਂਦੇ ਸੀ। ਆ ਨਵੇਂ ਇਨਕਲਾਬੀ ਆ ਜਿਹੜੇ ਇਹ ਤਨਖਾਹ ਦੇ ਵਿੱਚ ਹਿੱਸਾ ਕਰਦੇ ਆ, ਅਤੇ ਇਹ ਸਾਰੇ ਜਿੰਨੇ ਮਾਫੀਏ ਉਹਨਾਂ ਦੇ ਬਣਾਏ ਹੋਏ ਸੀ ਉਹ ਸਾਰੇ ਕੁਝ ਸਮੇਂ ਲਈ ਇਹਨਾਂ ਨੂੰ ਸਪੁਰਦ ਕੀਤੇ ਹੋਏ ਆ, 5 ਸਾਲ ਵਾਸਤੇ ਨਾ ਉਹ ਸਪੁਰਦ ਕੀਤੇ ਹੋਏ ਆ। ਨਹੀਂ ਤਾਂ ਬੜੀਆਂ ਤਾਰਾਂ ਜੀਆਂ ਮਾਰਦੇ ਸੀ ਵੀ ਅਸੀਂ ਬੱਸਾਂ ਦੀਆਂ ਇਨਕੁਆਰੀਆਂ ਕਰਾਂਗੇ, ਅਸੀਂ ਰਾਜੇ ਵੈਡਿੰਗ ਨੂੰ ਚੱਕ ਕੇ ਐਂ ਕਰ ਦਿਆਂਗੇ, ਜੋ ਕਰ ਦਿਆਂਗੇ, ਇਹ ਰਾਜੇ ਵੈਡਿੰਗ ਦਾ ਹੀ ਆ ਸਾਰਾ ਤਾਮ ਚਮ। ਹਾਂ ਜੀ, ਅਤੇ ਉਹ ਹੁਣ DC ਕੀ ਕਰੇ ਵਿਚਾਰਾ, ਜਦੋਂ ਜਿਹੜੀਆਂ ਪਾਰਟੀਆਂ ਸੀਗੀਆਂ ਪੰਜਾਬ ਦੀਆਂ ਉਹ ਸਾਰੀਆਂ ਇੱਕ ਹੈ। 5-5 ਸਾਲ ਪਹਿਲਾਂ ਕੀ ਸੀਗਾ, 5 ਸਾਲ ਬਾਅਦ ਬਦਲ ਜਾਂਦੀ ਸੀ, ਹੁਣ 15 ਸਾਲ ਬਾਅਦ ਬਦਲ ਜਾ ਕਰੋ, 3 ਹੋ ਗਈਆਂ ਨਾ, ਅੱਗੇ 2 ਘਰਾਂ ਸੀ 5-5 ਸਾਲ ਕਰ ਲੈਂਦੇ ਸੀ, ਹੁਣ 3 ਹੋ ਗਈਆਂ, 10 ਸਾਲ ਬਾਅਦ ਵਾਰੀ ਆ ਜਾ ਕਰੂਗੀ। ਉਹੀ ਚੀਜ਼ ਹੈ, ਲੋਕਾਂ ਦੀਆਂ ਪਰੇਸ਼ਾਨੀਆਂ ਉਹੀ ਹੈ, ਬਸ ਇੱਕ ਲੋਲੀਪੋਪ ਦਿੱਤਾ, ਬਦਲਾਅ। ਅੱਛਾ, ਇੱਕ ਗੱਲ ਦੱਸਿਓ ਵੀ ਮਤਲਬ ਇਦੋਂ ਪਹਿਲਾਂ ਇਹ ਤਾਂ ਹੁੰਦਾ ਸੀਗਾ ਵੀ ਕਿਸਾਨਾਂ 'ਤੇ ਗੱਲ ਹੁੰਦੀ ਸੀ ਯਾਰ, ਇਹ ਤਾਂ ਸੜਕਾਂ ਰੋਕ ਕੇ ਬਹਿ ਜਾਂਦੇ ਆ, ਹੁਣ ਇੱਕ ਪੜ੍ਹੀ ਲਿਖੀ ਜਮਾਤ ਕਹਿ ਲਈਏ ਜਾਂ ਇੱਕ ਸ਼ਹਿਰੀ ਲੋਕ ਕਹਿ ਲਈਏ, ਇਹਨਾਂ ਨੂੰ ਵੀ ਸੜਕਾਂ ਰੋਕਣੀਆਂ ਪੈਂਦੀਆਂ, ਕੀ ਕਾਰਨ ਵਾ? ਕਾਰਨ ਇਹੀ ਹੈ ਜੀ, ਵੀ ਸਰਕਾਰ ਦੀਆਂ ਗਲਤ ਨੀਤੀਆਂ, ਇਹ ਲੋਕ ਕਹਿੰਦੇ ਸੀ ਆਪ ਬਦਲਾਅ ਆਊਗਾ, ਆਹ ਬਦਲਾਅ ਦੇਖ ਹੀ ਰਹੇ ਹੋ ਤੁਸੀਂ, ਆ ਗਿਆ ਬਦਲਾਅ, ਬਦਲਾਅ ਦਿਖੀ ਜਾਂਦਾ, ਸਾਰਿਆਂ ਨੂੰ ਦਿਖੀ ਜਾਂਦਾ, ਧੱਕੇਸ਼ਾਹੀ ਕਰੀ ਜਾਂਦੇ ਆ ਇਹਨਾਂ ਦੀ ਸਰਕਾਰ 'ਚ ਵੀ। ਤੁਸੀਂ ਤੁਹਾਨੂੰ ਕਿਉਂ ਲੱਗਿਆ ਜੀ ਵੀ ਧਰਨੇ 'ਤੇ ਬਹਿਣਾ ਪੈਣਾ? ਇੱਕ ਮਤਲਬ ਔਰਤਾਂ ਨੂੰ ਆਪਦੇ ਘਰ ਦਾ ਕੰਮ ਛੱਡ ਕੇ, ਇੱਕ ਛੁੱਟੀ ਹੁੰਦੀ ਆ ਮੰਨ ਲਓ ਜੀ, ਇੱਕ ਦਿਨ ਵੀ ਹੁੰਦੀ ਆ, ਤਾਂ ਉਹਨੂੰ ਐਂ ਹੁੰਦਾ ਕਿ ਆਹ ਕੰਮ ਵੀ ਨਿਬੇੜਨਾ, ਆਹ ਵੀ ਆਹ ਦਿਨ ਤੁਸੀਂ ਧਰਨੇ 'ਤੇ ਬੈਠੇ?
ਸਾਨੂੰ ਮਜਬੂਰੀ ਨਾਲ ਬੈਠਣਾ ਪਿਆ ਜੀ ਇਸ ਧਰਨੇ 'ਤੇ, ਕਿਉਂਕਿ ਇਹ ਸਾਡੇ ਹੱਕ ਸਾਨੂੰ ਦੇ ਨਹੀਂ ਰਹੇ। ਜਿਹੜਾ ਇੱਕ ਸਕੂਲ ਦੀ ਜਗ੍ਹਾ ਕਲੱਬ ਬਣਾਇਆ ਇਹਨਾਂ ਨੇ, ਉਹ ਬਹੁਤ ਗਲਤ ਕੀਤਾ, ਕਿਉਂਕਿ ਅਸੀਂ ਲੇਡੀਜ਼ ਸਾਰਾ ਦਿਨ ਉੱਥੇ ਸੈਰ, ਬੱਚੇ ਰਹਿੰਦੇ ਆ ਸਾਡੇ, ਜਵਾਨ ਬੇਟੀਆਂ, ਤਾਂ ਇਸ ਕਰਕੇ ਅਸੀਂ ਸਾਡੇ ਹੱਕ ਅਸੀਂ ਮੰਗ ਰਹੇ ਹਾਂ। ਅਸੀਂ ਹੋਰ ਕੋਈ ਨਜਾਇਜ਼ ਹੱਕ ਨਹੀਂ ਮੰਗ ਰਹੇ, ਅਸੀਂ ਆਪਦੇ ਹੱਕ ਮੰਗ ਰਹੇ ਹਾਂ, ਉਹ ਹੱਕਾਂ ਨਹੀਂ ਇਹ ਦੇ ਰਹੇ ਸਾਨੂੰ, ਇਸ ਕਰਕੇ ਅਸੀਂ ਇੱਥੇ ਧਰਨੇ 'ਤੇ ਮਜਬੂਰ ਨਾਲ ਬੈਠ ਰਹੇ ਹਾਂ। ਹਾਂਜੀ ਬਾਈ ਜੀ, ਭਰੋਸਾ ਆਹ ਪ੍ਰਧਾਨ ਇਹਨਾਂ ਦਾ, ਇੱਥੇ ਮਸਲਾ ਕੀ ਬਣਾਉਂਦੇ ਆ? ਹਿੰਦੂ ਸਿੱਖ ਦਾ, ਸਾਡੀ ਤਾਂ ਸੁਸਾਇਟੀ 'ਚ ਅੱਧੇ ਹਿੰਦੂ ਹੈ। ਆਹ ਲੱਛਣ ਦੇਖੋ ਇਹਦੇ, ਆਹ ਅਸਲੇ ਦੀਆਂ ਫੋਟੋ ਦੇਖੋ। ਇਹਦੀ ਐਪਲੀਕੇਸ਼ਨ ਪਾਈ ਤਾਂ SHO ਸਾਹਿਬ ਨੇ ਜਵਾਬ ਦੇ ਕੇ ਭੇਜਤਾ ਵੀ ਇੱਕ ਅਸਲਾ ਅਸੀਂ ਰਖਾ ਲਿਆ, ਅਤੇ ਜਿਹੜੇ 12 ਚੱਕੀ ਬੈਠਾ ਦੋ ਦੋ, ਇਹਦਾ ਜਵਾਬ ਕੌਣ ਦੇਊਗਾ? ਮੈਂ 400 ਗੱਜ ਕੋਠੀ ਪਾਈ ਜਾਂਦਾ, ਮੈਨੂੰ 150 ਇੱਟ ਪਿੱਛੇ 98 ਫੋਨ ਆ ਗਏ, ਅਤੇ ਇਹ ਦੋ ਦੋ ਅਸਲੇ ਚੱਕੀ ਬੈਠਾ। ਆਮ ਬੰਦੇ ਵਾਸਤੇ ਪ੍ਰਸ਼ਾਸਨ ਹੋ ਗਿਆ ਜੀ, ਕਲੱਬ ਦਿੱਤਾ ਪੁੱਡਾ ਨੇ ਗਲਤ ਦਿੱਤਾ, ਪਰ ਉਹਦੇ 'ਚ ਇੱਕ ਤੀਜੀ ਲਾਈਨ 'ਤੇ ਵੀ ਲਿਖਿਆ ਕੱਢੇ ਉਹ ਵੀ ਕਲੋਨੀ ਵਾਸੀਆਂ ਵਾਸਤੇ ਹੈ। ਕਲੋਨੀ ਵਾਸੀ ਤਾਂ ਗਲੀ 'ਚ ਵੜ ਜੇ ਤਾਂ ਨਾਲ ਦੀਆਂ ਥਾਣੇ ਜਾ ਵੜਦੇ ਆ ਇਹ। ਪ੍ਰਸ਼ਾਸਨ ਨੇ ਹਫ਼ਤਾ ਹਫ਼ਤਾ ਕਹਿ ਕੇ 10-10 ਦਿਨ ਟਪਾਏ ਆ ਵੀ 5 ਦਿਨ ਰੁਕ ਜਾਓ ਜੀ, 10 ਦਿਨ ਰੁਕ ਜਾਓ ਜੀ, ਅਸੀਂ ਆ ਗਏ ਜੀ, ਹੋ ਗਿਆ ਜੀ, ਲੈ ਦਿਓ ਤੁਸੀਂ ਵੀ ਕਲੱਬ ਸਹੀ ਆ, ਬਸ ਗੱਲ ਮੁੱਕੀ, ਅਸੀਂ ਧਰਨਾ ਚੱਕ ਲੈਂਦੇ ਹਾਂ। ਨਾਲੇ ਕੋਰਟ ਨੇ, ਅਸੀਂ ਇਹੀ ਗੱਲ ਕਹੀ ਹੈ, ਗੱਲ ਤਾਂ ਜਾਂਦੇ ਹੋ ਜਾਏਗੀ ਵੀ ਤੁਸੀਂ ਸਾਨੂੰ ਡਿਸੀਜਨ ਦੇ ਦਿਓ। ਨਹੀਂ ਸਰ, ਸਾਨੂੰ 10-10 ਦਿਨ ਕਰਕੇ ਤਾਂ 9.5 ਮਹੀਨੇ ਹੋ ਗਏ। ਨਹੀਂ ਨਹੀਂ, ਉਹ ਤਾਂ ਅਸੀਂ ਜਵਾਬ ਦੇ ਕੇ ਆਏ, ਅਸੀਂ ਇਹ ਕਿਹਾ ਵੀ ਸਾਨੂੰ ਤਾਂ 10-10 ਦਿਨ ਕਰਕੇ ਸਾਨੂੰ 9.5 ਮਹੀਨੇ ਹੋ ਗਏ ਆ, ਅਸੀਂ ਹੁਣ ਕਿਵੇਂ ਭੇਜ ਲਈਏ ਤੁਹਾਡੇ 'ਤੇ? ਫਿਰ ਤੁਸੀਂ ਦਿਨਾਂ ਵਾਸਤੇ ਸੀਲ ਕਰਾ ਦਿਓ। ਰਿਪੋਰਟ ਸਾਡੇ ਕੋਲ ਨਹੀਂ ਪਹੁੰਚੀ ਜਾਂ ਸਾਡੇ ਹੱਕ 'ਚ ਨਹੀਂ ਆਉਂਦਾ ਤੇ ਸਾਡੇ ਗੇਸਟ ਦੇ ਦਿਓ, ਡੀਸੀ ਸਾਹਿਬ ਸਾਡੇ ਐਪਲੀਕੇਸ਼ਨ ਦੇ ਦੇਣ ਵੀ ਕਲੱਬ ਸਹੀ ਹੈ, ਇਨਕਰੋਚਮੈਂਟ ਨਹੀਂ ਹੋਈ, ਸਹੀ ਕੁੜ ਜਾ ਵੜਾਂਗੇ। ਸਾਨੂੰ ਜਵਾਨੀ ਕਿਹਾ ਸੀਗਾ ਵੀ ਅਸੀਂ ਲੈਟਰ ਲਿਖਤਾ, ਮੈਂ ਸ਼ਰਤ ਕਰ ਦਿਆਂ ਲੈਟਰ ਵੀ ਲਿਖਿਆ ਹੋਇਆ ਦਿਖਾਓ ਸਾਨੂੰ, 4 ਲੈਟਰ ਪਿਆ। ਆਹ ਲੈਟਰ ਪਤਾ ਕਿੱਦਾਂ ਲਿਖਿਆ? ਜਿੱਦਾਂ MLA ਸਾਹਿਬ ਨਾਲ ਗਏ ਹੈ ਉਹ, ਨਹੀਂ ਨਹੀਂ ਉਦੋਂ ਪਹਿਲਾਂ ਸਾਨੂੰ ਕਹਿੰਦੇ ਰਹੇ ਵੀ ਅਸੀਂ ਲੈਟਰ ਲਿਖਤਾ ਹੈ, ਅਸੀਂ RTC ਰਿਕਾਰਡ ਮੰਗਿਆ, ਸਾਨੂੰ ਉਹ ਵੀ ਦਿੱਤਾ ਉਹਨਾਂ ਨੇ, ਹੁਣ ਤਾਂ ਲਿਖਿਆ ਹੈਗਾ ਨਾ ਦੇਖੋ। ਨਹੀਂ ਅਸੀਂ ਤਾਂ, ਸਾਨੂੰ ਤਾਂ ਪ੍ਰਵੀਜ 9 ਮਹੀਨੇ ਹੋ ਗਏ ਹੈ ਨਾ, ਹੁਣ ਆਪਾਂ ਇਹਦੇ 'ਤੇ ਵੇਟ ਕਰ ਲਈਏ। ਕਲੱਬ ਦੀ ਕੱਢੀ ਐਪਲੀਕੇਸ਼ਨ, ਉਹ 'ਚ ਲਿਖਿਆ ਵੀ ਕਲੱਬ ਕਲੋਨੀ ਵਾਸੀਆਂ ਵਾਸਤੇ ਹੈ, ਤੁਸੀਂ ਮੌਕੇ ਦੇ ਅਧਿਕਾਰੀ ਸਾਨੂੰ ਵਾੜੋ ਕਲੱਬ 'ਚ। ਪੁੱਡਾ ਨੇ ਦਿੱਤਾ ਨਾ ਵੀ ਕਲੱਬ ਕਲੋਨੀ ਵਾਸੀਆਂ ਵਾਸਤੇ ਹੈ, ਉਹ ਸਾਡਾ, ਅਸੀਂ ਤਾਂ ਨਹੀਂ ਲਿਆਂਦਾ।